ਹਰ ਹੱਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣਾ ਸਾਹਿਬ ਸਦਾ ਹضور ਹੈ ਕਿਆ ਉੱਚੀ ਕਰੈ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਤਿਸੈ ਬਟੋਂ ਕੁਰਬਾਨ ਆਪ ਛੋੜੈ ਤਾਂ ਸਹਿ ਮਿਲੈ ਸੱਚਾ ਇਹ ਵਿਚਾਰ ਹਉ ਮੈਂ ਫਿੱਕਾ ਬੁਲਣਾ ਬੋਝ ਨਸ ਕਹਾਕਾਰ ਵਣੁ ਤ੍ਰਿਣੁ ਤਰ ਭਵਣ ਤੁਝੇ ਧਿਆਇਂਦਾ ਅਨ ਦਿਨ ਸਦਾ ਵਿਹਾਨ ਬਿਨ ਸਤਗੁਰ ਕਿਨੇ ਨਾ ਪਾਇਆ ਕਰ ਕਰ ਥਕੇ ਵਿਚਾਰ ਨਦਰ ਕਰੈ ਜੇ ਆਪਣੀ ਤਾਂ ਆਪੇ ਲਹਿ ਸਵਾਰੂ ਨਾਨਕ ਗੁਰਮੁਖ ਜਿਨੀ ਧਿਆਇਆ ਆਇਐ ਪ੍ਰਵਾਨ ਨਦਰ ਕਰਹਿ ਜੇ ਆਪਣੀ ਤਾਂ ਆਪੇ ਲਹਿ ਸਵਾਰੂ ਨਾਨਕ ਗੁਰਮੁਖ ਜਿਨੀ ਧਿਆਇਆ ਆਇ ਸੇ ਪ੍ਰਵਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਥਲੋਕ ਵਾਰਾਂ ਤੇ ਵਦੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤੇਸ ਲੜੀ ਦੇ ਤਾਹਿਤ ਤਾਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 63 ਨੰਬਰ ਸ਼ਲੋਕ ਜਿਸ ਦਾ ਆਪਾਂ ਪਾਠ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1420 ਦੇ ਉੱਪਰ ਸੁਭਾਈ ਮੰ ਹੈ ਸਤਿਗੁਰੂ ਜੀ ਨੇ ਇਸ ਪਾਵਨ ਸ਼ਲੋਕ ਵਿੱਚ ਪਰਮੇਸ਼ਰ ਦੇ ਨਾਮ ਬਾਰੇ ਜੋ ਵਿਚਾਰ ਦਿੱਤੇ ਨੇ ਉਹ ਬਹੁਤ ਭਲਿਖੇ ਸਾਡੇ ਜੀਵਨ ਵਿੱਚੋਂ ਦੂਰ ਕਰਨ ਵਾਲੇ ਨੇ ਕਿ ਅੱਜ ਜਿਸ ਤਰੀਕੇ ਨਾਲ ਪਰਮੇਸ਼ਰ ਦੇ ਨਾਮ ਜਪਣ ਦਾ ਦਾਵਾ ਕੀਤਾ ਜਾ ਰਿਹਾ ਹੈ ਸਾਡੇ ਸਮਾਜ ਵੱਲੋਂ ਕਿ ਸਭ ਤੋਂ ਵਧੀਆ ਮੈਂ ਨਾਮ ਜਪਦਾ ਇਹਨੂੰ ਤਾਂ ਨਾਮ ਜਪਣਾ ਆਉਂਦਾ ਨਹੀਂ ਜਾਂ ਅਸੀਂ ਬੰਦਿਆਂ ਕੋਲੋਂ ਜਾ ਕੇ ਪੁੱਛਦੇ ਪਏ ਆ ਭਾਈ ਮੈਨੂੰ ਦੱਸ ਕਿਦਾਂ ਨਾਮ ਜਪੀਦਾ ਹੈ ਕਿਹੜਾ ਉਹ ਤਰੀਕਾ ਹੈ ਕਿਹੜੀ ਉਹ ਵਿਧੀ ਹੈ ਕਾਸ਼ ਕਿਤੇ ਅਸੀਂ ਇਨਸਾਨਾਂ ਨੂੰ ਪੁੱਛਣ ਦੀ ਬਜਾਏ ਮਨੁੱਖਾਂ ਨੂੰ ਪੁੱਛਣ ਦੀ ਬਜਾਏ ਆਪ ਰਮਾਲਾ ਚੱਕ ਕੇ ਸਤਿਗੁਰ ਦੀ ਬਾਣੀ ਖੁਦ ਪੜੀ ਹੁੰਦੀ ਆਪ ਸਮਝੀ ਹੁੰਦੀ ਅਰਥ ਪਾ ਵਿਚਾਰੇ ਹੁੰਦੇ ਤਾਂ ਅਸੀਂ ਇਹ ਗੱਲਾਂ ਕਿਸੇ ਕੋਲ ਪੁੱਛਣ ਵਾਸਤੇ ਕਦੀ ਨਾ ਜਾਂਦੇ ਅਸੀਂ ਪਖੰਡਵਾਦ ਖੁਦ ਪੈਦਾ ਕੀਤਾ ਜਦੋਂ ਅਸੀਂ ਕਸਟਮਰ ਬਣ ਜਾਂਦੇ ਆ ਅਸੀਂ ਦੁਕਾਨ ਖੋਲਣ ਵਾਲੇ ਨੂੰ ਮਜਬੂਰ ਕਰ ਦਿੰਨੇ ਵੀ ਤੂੰ ਇੱਕ ਦੁਕਾਨ ਖੋਲ ਮੈਂ ਗਾਹਕ ਬਣ ਕੇ ਆਇਆ ਹਾਂ ਤੁਸੀਂ ਕਦੀ ਨੋਟ ਕਰਿਓ ਬਿਨਾ ਕਸਟਮਰ ਤੋਂ ਕਦੀ ਦੁਕਾਨ ਨਹੀਂ ਖੁੱਲਦੀ ਦੁਨਿਆਵੀ ਵੀ ਕਿਸੇ ਬੰਦੇ ਨੇ ਕੋਈ ਦੁਕਾਨ ਖੋਲ੍ਹਣੀ ਹੋਵੇ ਤੇ ਪਹਿਲਾਂ ਉਹ ਸਰਵੇ ਕਰਦਾ ਐ ਇੱਥੇ ਮੈਂ ਕੋਈ ਕਰਿਆਨੇ ਦੀ ਦੁਕਾਨ ਹੀ ਖੋਲ੍ਹਣੀ ਹੈ ਜੇ ਚਾਰ ਬੰਦੇ ਨਹੀਂ ਹੈਗੇ ਤੇ ਮੇਰਾ ਕਰਿਆਨਾ ਵਿਕੇਗਾ ਕਿਵੇਂ ਕਿਸੇ ਨੇ ਕੱਪੜੇ ਦੀ ਦੁਕਾਨ ਖੋਲ੍ਹਣੀ ਹੋਵੇ ਤੇ ਪਹਿਲਾਂ ਸਰਵੇ ਕਰਦਾ ਕਿ ਲੋਕ ਇੱਛਕ ਹੈ ਥੇ ਇਦਾਂ ਦਾ ਕਪੜਾ ਖਾਣ ਦੇ ਕਿਤੇ ਪੈਟਰੋਲ ਪੰਪ ਲੱਗਣਾ ਹੋਵੇ ਤੇ ਬੰਦਾ ਸਰਵੇ ਉਥੇ ਸਰਵੇ ਕੀਤਾ ਜਾਂਦਾ ਵੀ ਕਿੰਨੀਆਂ ਗੱਡੀਆਂ ਇੱਕ ਦਿਨ ਚ ਇਧਰੋਂ ਇਧਰ ਲੰਘੀਆਂ ਨੇ ਕਿਸੇ ਨੇ ਢਾਬਾ ਕੋਈ ਹੋਟਲ ਕੋਈ ਰੈਸਟੋਰੈਂਟ ਖੋਲ੍ਹਣਾ ਹੋਵੇ ਤੇ ਉਹ ਵੀ ਸਰਵੇ ਕਰਦਾ ਜੇ ਬਾਕੀ ਕੰਮਾਂ ਲਈ ਸਰਵੇ ਕੀਤੇ ਗਏ ਨੇ ਬਿਲਕੁਲ ਧਰਮ ਦੀ ਦੁਨੀਆ ਵਿੱਚ ਵੀ ਸਰਵੇ ਹੋਏ ਨੇ ਕਿ ਇੱਥੇ ਆਹ ਦੁਕਾਨ ਚੱਲ ਸਕਦੀ ਹੈ ਡੇਰਾ ਬਣਾਉਣ ਵਾਲੇ ਨੇ ਦੁਕਾਨ ਬਣਾਉਣ ਵਾਲੇ ਨੇ ਪਹਿਲਾਂ ਵੇਖਿਆ ਕਿ ਇੱਥੇ ਲੋਕ ਇਸ ਮਾਨਸਿਕਤਾ ਤੋਂ ਪੀੜਤ ਨੇ ਲੋਕ ਲੋਕਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਫਰੋਵਰ ਦੇ ਕੰਢੇ ਤੇ ਬਾਅਦ ਵਿੱਚ ਇਹ ਲੈਂ ਲਿਖੀ ਗਈ ਹੈ ਕਿ ਇੱਥੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਇੱਥੇ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਪਹਿਲਾਂ ਲੋਕਾਂ ਦੀ ਉਹਨੇ ਇੱਛਾ ਜਾਣੀ ਇਤੋਂ ਦੁੱਧ ਮਿਲਦਾ ਇਤੋਂ ਪੁੱਤ ਮਿਲਦਾ ਇਹ ਗੱਲ ਬਾਅਦ ਵਿੱਚ ਲਿਖ ਕੇ ਲਾਈ ਉਹਨੇ ਪਹਿਲਾਂ ਉਹਨੇ ਵੇਖਿਆ ਕਿ ਲੋਕਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਦੁਨੀਆ ਨੇ ਇਹ ਬੋਰਡ ਲਾਉਣ ਲਈ ਦੁਕਾਨਦਾਰ ਨੂੰ ਮਜਬੂਰ ਕੀਤਾ ਕਿ ਤੂੰ ਇਹ ਬੋਰਡ ਲਾ ਇਹ ਫੱਟਾ ਲਾ ਭਾਈ ਮੈਂ ਕਸਟਮਰ ਹਾਂ ਤੇਰਾ ਮੈਂ ਕਾ ਕ ਮੈਂ ਚਾਹੁੰਦਾ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਇਦਾਂ ਨਾਮ ਦੇ ਪਰਤੇ ਕਿੰਨੇ ਪਿਲੇ ਕੇ ਹੁਣ ਆ ਜਿਹੜਾ ਸ਼ਲੋਕ 63 ਨੰਬਰ ਮੈਂ ਬੇਨਤੀ ਕਰਾਂਗਾ ਸਾਰੇ ਅਸਰੋਤਿਆਂ ਨੂੰ ਇੱਕ ਵਾਰ ਆਪੜਿਓ 1420 ਨੰਬਰ ਅੰਕ ਤੇ ਜਿਹੜੇ ਉੱਚੀ ਉੱਚੀ ਕੂਕਦੇ ਨੇ ਕਿ ਪਰਮੇਸ਼ਰ ਰਾਮਾ ਮੈਂ ਨਾਮ ਬਹੁਤ ਜਪਦਾ ਆ ਸੁਣਿਓ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ ਗੁਰਦੇਵ ਪਿਤਾ ਮਹਾਰਾਜ ਕਹਿੰਦੇ ਹਰ ਹੱਟ ਵੀ ਤੂੰ ਤੂੰ ਕਰੇ ਹੁਣ ਤਾਂ ਟਿੰਡਾਂ ਵਾਲੇ ਖੂ ਰਹਿ ਨੇ ਪ੍ਰਾਣ ਸਮੇਂ ਚ ਆਮ ਹੀ ਟਿੰਡਾਂ ਵਾਲੇ ਖੂ ਹੁੰਦੇ ਸੀ ਤੁਸੀਂ ਸ਼ਾਟਾ ਸਾਹਿਬ ਚਲੇ ਜਾਓ ਉੱਥੇ ਵੀ ਉਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ ਪਿੰਡਾਂ ਵਿੱਚ ਆਮ ਟਿੰਡਾਂ ਵਾਲੇ ਖੂਹ ਹੁੰਦੇ ਸੀ ਬਲਦ ਬੰਨੇ ਬੰਨੇ ਘੁੰਮਦਾ ਸੀ ਤੇ ਟਿੰਡਾਈ ਦਾ ਪਾਣੀ ਦੀਆਂ ਪਰ ਪਰ ਕੇ ਬਾਹਰ ਡਿੱਗੀ ਜਾਂਦੀ ਸੀ ਆਮ ਖੇਤਾਂ 'ਚ ਹੀ ਖੂਹ ਹੁੰਦੇ ਸੀ ਹੁਣ ਅੱਗੇ ਅੱਗੇ ਜਿਉਂ-ਜਿਉਂ ਸਮਰਸੀਬਲ ਪੰਪ ਆ ਗਏ ਤਰ੍ਹਾਂ-ਤਰ੍ਹਾਂ ਦੇ ਤਰੀਕੇ ਆ ਗਏ ਪਾਣੀ ਕੱਢਣ ਦੇ ਹੁਣ ਉਹ ਜਦੋਂ ਜਦੋਂ ਟਿੰਡਾਂ ਵਾਲਾ ਖੂਹ ਚੱਲਦਾ ਹੈ ਹਰ ਹਟ ਚੱਲਦੀ ਹੈ ਤੇ ਉਹ ਵੀ ਟਕ ਟਕ ਦੀ ਆਵਾਜ਼ ਆਉਂਦੀ ਹੈ ਤੇ ਗੁਰੂ ਸਾਹਿਬ ਇੱਥੇ ਬਹੁਤ ਤਰੀਕੇ ਨਾਲ ਸਮਝਾ ਰਹੇ ਨੇ ਕਹਿੰਦੇ ਜੇ ਤਾਂ ਸਿਰਫ ਜ਼ੁਬਾਨੀ ਕਲਾਮੀ ਇਹ ਗਲੇ ਦੇ ਉੱਪਰੋਂ ਹੀ ਤੂੰ ਤੂੰ ਕਹਿਣਾ ਹੈ ਤੇ ਕਹਿਣਾ ਮੈਂ ਨਾਮ ਜਪਦਾ ਫਿਰ ਤੇ ਹਰ ਹਟ ਵੀ ਕਰ ਰਹੀ ਹੈ ਕਿਉਂ ਨਾਮ ਜਪ ਰਹੀ ਹੈ ਕਿ ਤੇ ਹਰ ਹਟ ਸਭ ਤੋਂ ਵਧੀਆ ਤੂੰ ਤੇ ਥੱਕ ਜਾਂਦਾ ਨਾਮ ਜਪਦਿਆਂ ਉਹ ਤੇ ਥੱਕਦੀ ਨਹੀਂ ਭਾਵੇਂ ਦਿਨ ਰਾਤ ਟੰਡਾਂ ਵਾਲਾ ਖੂ ਦੋ ਬਲਦ ਹਟੇ ਦੋ ਫੇਰ ਜੋਤੇ ਦੋ ਹਟੇ ਫਿਰ ਦੋ ਹੋਰ ਜੋਤੇ ਉਹ ਤੇ ਹਟਦੇ ਹੀ ਨਹੀਂ ਉਹ ਤੇ ਟੰਡਾਂ ਦਿਨ ਰਾਤ ਚਲਦੀਆਂ ਰਹਿੰਦੀਆਂ ਨੇ ਫਿਰ ਤੂੰ ਬਹੁਤ ਵੱਡਾ ਨਾਮ ਜਪਤੀਆਂ ਹਰ ਹਟ ਵੀ ਤੂੰ ਤੂੰ ਕਰੇ ਇਥੇ ਪ੍ਰੋੜਤਾ ਨਹੀਂ ਕਰ ਰਹਾ ਵੀ ਹਰ ਹੱਟ ਵੀ ਪਰਮੇਸ਼ਰ ਦਾ ਨਾਮ ਜਪ ਰਹੀ ਹੈ ਇੱਥੇ ਉਸ ਚੀਜ਼ ਦਾ ਖੰਡਨ ਕੀਤਾ ਹੈ ਕਿ ਜੇ ਤੇ ਉੱਚੀ ਕੂਕਣ ਨੂੰ ਨਾਮ ਜਪਣਾ ਕਹਿਣਾ ਹੈ ਫਿਰ ਤੇਰੇ ਨਾਲੋਂ ਵਧੀਆ ਤੇ ਹਰ ਹੱਟ ਜਪ ਰਹੀ ਹੈ ਉਹ ਤੇ ਬਹੁਤ ਜ਼ਿਆਦਾ ਕਹਿ ਰਹੀ ਹੈ ਇੱਥੇ ਸ਼ਬਦ ਵਰਤਿਆ ਹਰ ਹੱਟ ਪੀ ਤੂੰ ਤੂੰ ਕਰੈ ਬੁਲੈ ਭਲੀ ਬਾਣ ਸਹਬ ਸਦਾ ਹضور ਹੈ ਉਹ ਕਮਲਿਆ ਸਹਬ ਤਾਂ ਤੇਰੇ ਹضور ਹੈ ਤੇਰੇ ਅੰਦਰ ਬੈਠਾ ਉਹ ਤੇ ਮਾਲਕ ਕੀ ਉੱਚੀ ਕਰੈ ਪੁਕਾਰ ਇਹ ਉੱਚੀ ਉੱਚੀ ਪੁਕਾਰ ਕੇ ਕਿਹਨੂੰ ਕਹਿੰਦਾ ਪਿਆ ਬੀ ਬੱਚਾ ਪਿਓ ਨੂੰ ਆਵਾਜ਼ ਮਾਰੇ ਤੇ ਆਵਾਜ਼ ਮਾਰੇ ਜੋਰ ਨਾਲ ਤੇ ਪਿਤਾ ਲਾਗੇ ਬੈਠਾ ਹੋਵੇ ਉਹ ਕਈ ਵਾਰੀ ਪਿਤਾ ਕਹੀ ਦਿੰਦਾ ਨਾ ਵੀ ਇੰਨੇ ਉੱਚੀ ਜੋ ਰੋ ਰੋਲਾ ਪਾਇਆ ਮੈਂ ਤੇ ਤੇਰੇ ਕੋਲ ਬੈਠਾ 10 ਕੰਮ ਕੀਆ ਅਸੀਂ ਜਿੰਨੀ ਉੱਚੀ ਉੱਚੀ ਕੂਕ ਰਹੇ ਆ ਕਿ ਸਾਨੂੰ ਕੋ ਬਹੁ ਫੜ ਕੇ ਹਲੂਣਾ ਵਾਲਾ ਨਹੀਂ ਆ ਕਿੰਨੂ ਕੂਕ ਕੇ ਕਹਿ ਰਹੇ ਉਹ ਤਾਂ ਤੇਰੇ ਅੰਦਰ ਬੈਠਾ ਉਹ ਤੇਰੇ ਨਾਲ ਤੇਰੇ ਅੰਦਰ ਸਮਾਇਆ ਹੋਇਆ ਉਹ ਤੇ ਕਦਾਂ ਤਬਲੇ ਵਜਦੇ ਕਦਾਂ ਢੋਲਕੀਆਂ ਵਜਦੀਆਂ ਕਦਾਂ ਸ਼ੈਣੇ ਵਜਦੇ ਨੇ ਹਰ ਕਾ ਬਲੋਵਨਾ ਬਲੋਵ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਕਿੱਥੇ ਗਈ ਉਹ ਵਿਚਾਰ ਸਿਆਣੀਆਂ ਮਾਵਾਂ ਨੂੰ ਪਤਾ ਵੀ ਜੇ 2-3 ਕਿਲੋ ਦਹੀਂ ਵਿੱਚੋਂ ਮੱਖਣ ਕਢਣਾ ਨਾ ਉਹਨੂੰ ਵੀ ਬੜੇ ਤਰੀਕੇ ਨਾਲ ਸਲੀਕੇ ਨਾਲ ਰੜਕਣਾ ਪੈਂਦਾ ਹੈ ਉਹਦੇ ਚੋਂ ਮੱਖਣ ਕਢਣ ਲਈ ਜਿਆਦਾ ਤੇਜ਼ੀ ਨਾਲ ਰੜਕੀਏ ਤੇ ਮੱਖਣ ਲੱਸੀ ਵਿੱਚ ਰਲ ਜਾਏਗਾ ਐ ਤਰੀਕੇ ਨਾਲ ਚਾਟੀ ਵੀ ਨਾ ਟੁੱਟੇ ਤੇ ਚਾਟੀ ਵਿੱਚਲਾ ਦਹੀਂ ਬਾਹਰ ਵੀ ਨਾ ਆ ਜਾਏ ਇਸ ਤਰੀਕੇ ਨਾਲ ਡਟਣਾ ਪੈਂਦਾ ਦੇ ਹਰਕਾ ਬਲੋ ਬਨਾ ਬਲੋ ਮੇਰੇ ਭਾਈ ਸਹਿਜ ਬਲੋ ਜਿ세 ਤਾ ਤਮ ਜੀ ਤੁਸੇ ਕਦੇ ਵੀ ਸ਼ਬਦ ਪੜਦੇ ਆ ਉੱਚੀ ਉੱਚੀ ਨਾਮ ਜਪਦਾ ਦਾਵਾ ਕਰਨ ਵਾਲਿਆਂ ਦਾ ਬਾਹਰ ਪਤਾ ਵੀ ਲੱਗਦਾ ਵੀ ਇਹ ਸ਼ਬਦ ਕਿਹੜਾ ਬੋਲ ਰਹੇ ਨੇ ਕਦਾਂ ਸਿਰ ਵਜਦੇ ਨੇ ਕਿਦਾਂ ਕੌਮ ਦੇ ਕੀਮਤੀ ਢੋਲਕੀਆਂ ਛੈਣੇ ਚਿਮਟੇ ਤੋੜ ਦਿੱਤੇ ਤੇ ਦਾਵਾ ਕੀਤਾ ਮੇਰੇ ਵਰਗਾ ਨਾਮ ਕੋਈ ਨਹੀਂ ਜਪਦਾ ਕਦਾਂ ਸਿਰ ਵਜਦੇ ਨੇ ਅ ਅਖੰਡਨ ਹੈ ਉਸ ਚੀਜ਼ ਦਾ ਜਦੋਂ ਭਗਤ ਕਬੀਰ ਜੀ ਇਹ ਕਰ ਕਹਿੰਦੇ ਨੇ ਨਾ ਕਬੀਰ ਮੁੱਲਾ ਮਨਾਰੇ ਕਿਆ ਚੜੇ ਸਾਈਨਾ ਬੈਰਾ ਹੋਏ ਇਕੱਲੀ ਮੁੱਲਾ ਨੂੰ ਕਹਿ ਰਹੇ ਨੇ ਕਬੀਰ ਮੁੱਲਾ ਮਨਾਰੇ ਕਿਆ ਚੜੇ ਇਹ ਮੁੱਲਾ ਮਨਾਰੇ ਚੜ ਕੇ ਉੱਚੀ ਉੱਚੀ ਪੂਗਦਾ ਹੈ ਉੱਚੀ ਉੱਚੀ ਬਾਗ ਦਿੰਨਾ ਹੈ ਸਾਇਨਾ ਬਹਿਰਾ ਹੋਏ ਇੱਕ ਡਿਵਿਡੀ ਕਰ ਵੀ ਸਾਈਂ ਬਹਿਰਾ ਜਿਵੇਂ ਪਿਓ ਪੁੱਤ ਨੂੰ ਕਹੇ ਪੁੱਤ ਮੈਂ ਬਹਿਰਾ ਕਿਤੇ ਮੈਂ ਤਾਂ ਤੇਰੇ ਕੋਲ ਬੈਠਾ ਕੰਮ ਦੱਸ ਕੀ ਹੈ ਤੈਨੂੰ ਫਿਰ ਅੱਗੇ ਕਹਿੰਦੇ ਨੇ ਜਾਂ ਕਾਰਨ ਤੂੰ ਬਾਗ ਦੇ ਜਿਸ ਵਾਸਤੇ ਤੂੰ ਬਾਗ ਦੇ ਰਿਆਂ ਦਿਲ ਹੀ ਭੀਤਰ ਜੋ ਉਹਤੇ ਉਹਨੂੰ ਖੋਜ ਕੇ ਵੇਖ ਉਹ ਤੇਰੇ ਦਿਲ ਭੀਤਰਾ ਤੇਰੇ ਅੰਦਰ ਬੈਠਾ ਉਹਤੇ ਦਿਲ ਦੇ ਦਿਲ ਖੋਜੋ ਇਹੀ ਠੋਰ ਮਕਾਮਾ ਉਹ ਤੇਰੇ ਤੇਰੇ ਅੰਦਰ ਬੈਠਾ ਤੇਰੇ ਅੰਦਰ ਸਮਾਇਆ ਹੋਇਆ ਆਪਣੇ ਆਪ ਨਾਲ ਸਾਝ ਪਾਉਣੀ ਉਹਦੇ ਨਾਲ ਸਾਝ ਪਾਉਣੀ ਅੱਜ ਮਾਰੇ ਉਹ ਤੇ ਇਕੱਲੀ ਕਿਸੇ ਮੂਲਾ ਨੂੰ ਕਹਿ ਰਹੇ ਨੇ ਭਗਤ ਕਬੀਰ ਜੀ ਆ ਜਿਹੜੇ ਸਟੇਜਾਂ ਤੇ ਉੱਚੀ ਉੱਚੀ ਤਪਲੇ ਵਜਦੇ ਆ ਉੱਚੀ ਉੱਚੀ ਐਸ ਮੂਤਾਂ ਨੂੰ ਚੁਕਿਆ ਉਹਦਾ ਰਾਬੂ ਤੇ ਬਿਠਾ ਕਿਤੇ ਕੌਣ ਸਮਝਾਏਗਾ ਉਹਨੂੰ ਜੇ ਕੋਈ ਸਾਡੇ ਵਰਗਾ ਪ੍ਰਚਾਰਕ ਬੋਲਦਾ ਕਿਤੇ ਤੇ ਨਿੰਦਕ ਹੈ ਜੀ ਇਹ ਤਾਂ ਨਿੰਦਿਆ ਕਰਦੇ ਆਹ ਸ਼ਲੋਕ ਉਹਨਾਂ ਸਾਹਮਣੇ ਰੱਖੋ ਵੀ ਹਰ ਹੱਟ ਵੀ ਤੂੰ ਤੂੰ ਕਰੇ ਆ ਜਿਹੜਾ ਵੀ ਬੰਦਾ ਐਦਾਂ ਕਹੇ ਉਹਨੂੰ ਆਹ ਸ਼ਲੋਕ ਦੇ ਦਿਓ ਭਗਤ ਕਬੀਰ ਜੀ ਦਾ ਇਹ ਸ਼ਲੋਕ 184 ਨੰਬਰ ਸ਼ਲੋਕ ਹੈ ਭਗਤ ਕਬੀਰ ਜੀ ਦਾ 184 ਨੰਬਰ ਸ਼ਲੋਕ 1300 74 ਅੰਕ ਦੇ ਉੱਪਰ ਗੁਰੂ ਅੰਸਰ ਜੀ ਜੀ ਕਬੀਰ ਮੁੱਲਾ ਮਨਾਰੇ ਕਿਆ ਚੜੇ ਇਹ ਸ਼ਲੋਕ ਸਾਹਮਣੇ ਰੱਖ ਦਿਓ ਉਹਨੂੰ ਕੋ ਭਾਈ ਸਾਹਿਬ ਜੀ ਇਹਦਾ ਅਰਥ ਕਰਦੇ ਸਮਝਾਓ ਸਾਨੂੰ ਇਹਦਾ ਕੀ ਇੱਕ ਭਗਤ ਕਬੀਰ ਜੀ ਕੱਲੇ ਮੁੱਲਾ ਨੂੰ ਕਹਿ ਰਹੇ ਨੇ ਕਿ ਤੂੰ ਉੱਚੀ ਉੱਚੀ ਬਾਗਾਂ ਦੇ ਰਿਆਂ ਉਹ ਬਹਿਰਾ ਹੈ ਤੇ ਜਿਹੜੇ ਅਸੀਂ ਗੁਰਦੁਆਰਿਆਂ ਵਿੱਚ ਉੱਚੀ ਉੱਚੀ ਕੂਕ ਰਹੇ ਆਂ ਕਿ ਉਹ ਮਾਲਕ ਬਹਿਰਾ ਹੈ ਕੀਰਤਨ ਦਾ ਕਿ ਸਲਿਕਾ ਹੁੰਦਾ ਹੈ ਬੜੇ ਤੁਸੀਂ ਵੀ ਕਹਿੰਦੇ ਕਿੰਨੇ ਕਿੰਨੇ ਰਾਗਾਂ 'ਚ ਪੜਨ ਵਾਲੇ ਰਾਗੀ ਜਿਨ੍ਹਾਂ ਦਾ ਸੋਹਣੇ ਤਰੀਕੇ ਨਾਲ ਕੀਰਤਨ ਸੀ ਤਾਂ ਕੀਰਤਨ ਦੀ ਵੀ ਰੂਪਰੇਖਾ ਵਿਗਾੜ ਕੇ ਰੱਖ ਦਿੱਤੀ ਫਿਲਮੀ ਤਰ੍ਹਾਂ ਉੱਤੇ ਕੀਰਤਨ ਹੋ ਰਿਹਾ ਉਹ ਜਿਹੜਾ ਸਿਰ ਵਜਦਾ ਮਾਫ ਕਰਨਾ ਗੁੱਸਾ ਨਾ ਮਨਾਇਓ ਸਚਾਈ ਇਹੋ ਆ ਉਹ ਸ਼ਬਦ ਨਾਲ ਸਿਰ ਨਹੀਂ ਵਜਦਾ ਉਹ ਜਿਹੜੀ ਫਿਲਮੀ ਟੀਊਨ ਜਿਹੜੀ ਚੱਲ ਰਹੀ ਹੁੰਦੀ ਉਹਦੇ ਨਾਲ ਸਿਰ ਘੁੰਮਦਾ ਬੜੇ ਨਾਮੀ ਰਾਗੀ ਨੇ ਜਿਨ੍ਹਾਂ ਨੇ ਰਾਗਾਂ ਦੇ ਆਧਾਰਤ ਕੀਰਤਨ ਕੀਤਾ ਉਹ ਬਹੁਤ ਇਹਨੂੰ ਪਸੰਦ ਨਹੀਂ ਚਮਕਦਮਕ ਸਾਨੂੰ ਪਸੰਦ ਹੈ ਅਸੀਂ ਚਮਕਦਮਕ ਵਿੱਚ ਤੇ ਚਮਕਦਮਕ ਥੋੜੇ ਚਿਰ ਲਈ ਹੁੰਦੀ ਹੈ ਕੁੰਬੇ ਦਾ ਫੁੱਲ ਜਿਹੜਾ ਕਸੰਬੇ ਦਾ ਫੁੱਲ ਹੈ ਨਾ ਉਹ ਚਮਕਦਮਕ ਉਹਦੀ ਬਹੁਤ ਹੁੰਦੀ ਹੈ ਪਰ ਹੁੰਦਾ ਥੋੜੇ ਚਿਰ ਥੋੜੇ ਚਿਰ ਪਰ ਸਦਾ ਹੋ ਰਹਿੰਦਾ ਹੈ ਜਿਹੜਾ ਜਿਹਦੇ ਪੱਲੇ ਕੋ ਗੋਣ ਹੈ ਜਿਹਦੇ ਕੋਲ ਕਰਤਾਰ ਹੈ ਜਿਹੜਾ ਕੋ ਸੁਹਣੇ ਤਰੀਕੇ ਨਾਲ ਜ਼ਿੰਦਗੀ ਜਿਉਂਦਾ ਹੈ ਹੁਣ ਇੱਥੇ ਕਿੰਨਾ ਪਿਆਰਾ ਸ਼ਬਦ ਵਰਤੇ ਆ ਕਦੇ ਹਰ ਹੱਟ ਵੀ ਤੂੰ ਤੂੰ ਕਰੇ ਜੇ ਤੇ ਉੱਚੀ ਬੋਲਣ ਨੂੰ ਉੱਚੀ ਕੂਕਣ ਨੂੰ ਨਾਮ ਜਪਣਾ ਕਹਿਣਾ ਫਿਰ ਹਰ ਹੱਟ ਨਾਲੋਂ ਵਧੀਆ ਕੋਈ ਨਹੀਂ ਜਪ ਸਕਦਾ ਤੂੰ ਤੇ ਥੱਕ ਜਾਵੇਂਗਾ ਹਰ ਹੱਟ ਤੇ ਥੱਕਦੀ ਵੀ ਨਹੀਂ ਪੁੱਤ ਕਹਿੰਗਾ ਘੜਾ ਬਹਿ ਗਿਆ ਜੀ ਗਰਾਰੇ ਕਰਾਓ ਜੀ ਮੈਂ ਤਾਂ ਥੱਕ ਗਿਆ ਜੀ ਮੈਂ ਤਾਂ ਇੱਥੇ ਇੰਨਾ ਚਿਰ ਕੂਕੇ ਹੈ ਜੀ ਹਰ ਹਟ ਤੇ ਥੱਕਦੀ ਵੀ ਨਹੀਂ ਹੈ ਇੱਥੇ ਖੰਡਨ ਹੈ ਕਈ ਕਈ ਐਦਾਂ ਕਹਿੰਗੇ ਵੇਖੋ ਜੀ ਹਰ ਹਟ ਵੀ ਨਾਮ ਜਪ ਰਹੀ ਉਹ ਭਲੇ ਉਹ ਇੱਥੇ ਉਹਦਾ ਖੰਡਨ ਕੀਤਾ ਉਸ ਚੀਜ਼ ਦਾ ਵੀ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਜੇ ਤੇ ਉੱਚੀ ਕੂਕਣ ਨੂੰ ਨਾਮ ਜਪਣਾ ਕਹਿਣਾ ਸਿਰਫ ਖਾਵੇ ਮਾਤਰ ਫਿਰ ਹਰ ਹਟ ਨਾਲੋਂ ਵਧੀਆ ਕੋਈ ਨਹੀਂ ਜਪ ਰਿਆ ਫਿਰ ਅੱਗੇ ਕਹਿੰਦੇ ਨੇ ਸਾਹਿਬ ਸਦਾ ਹضور ਹੈ ਉਹ ਸਹਿਬ ਤਾਂ ਤੇਰੀ ਹضور ਹੈ ਤੇਰੇ ਕੋਲ ਹੈ ਤੇਰੇ ਨਾਲ ਹੈ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋ ਸਮਾਨੀ ਘਟ ਘਟ ਮਾਦੋ ਜੀਆਂ ਕਿਆ ਉੱਚੀ ਕਰੇ ਪੁਕਾਰ ਇਹ ਉੱਚੀ ਉੱਚੀ ਪੁਕਾਰ ਕਰਕੇ ਕਿਨੂੰ ਵਿਖਾਉਂਦਾ ਪਿਆ ਅਜ ਮਾਰਿਓ ਗੁਰਦੁਆਰਿਆਂ ਵਿੱਚ ਕਿਸੇ ਰਾਗੀ ਨੂੰ ਤੁਸੀਂ ਬੁਲਾਓ ਤੁਸੀਂ ਕਹੋ ਜੀ ਭਾਈ ਸਾਹਿਬ ਰਾਗੀ ਜਿੱਥਾ ਆਇਆ ਬਹੁਤ ਵਧੀਆ ਨਾਮੀ ਰਾਗੀ ਹੈ ਜੀ ਇੰਨੇ ਹਜ਼ਾਰ ਬੁੱਕ ਤੇ ਬੁੱਕ ਕਰਕੇ ਲੈਂਦਾ ਪਤਾ ਉਹਨਾਂ ਨੂੰ ਵੀ ਸ਼ਬਦ ਚਾਰ ਪੜਨੇ ਪੈਣੇ ਨੇ ਆਓ ਜੀ ਆਪਾਂ ਨਾਮ ਜਪੀਏ ਸਾਧ ਸੰਗਤ ਜੀ ਬੀਬੀਆਂ ਅੱਗੇ ਸਿਰ ਮਾਰਦੀਆਂ ਵਾ ਨਜ਼ਾਰਾ ਆ ਰਿਹਾ ਭਾਈ ਸਾਹਿਬ ਨਾਮ ਜਪਾਰੇ ਵੀ ਹੱਦ ਹੋ ਗਈ ਉਹਨਾਂ ਨੂੰ ਕੋਈ ਜੀ ਕੋਈ ਸ਼ਬਦ ਸਾਨੂੰ ਕੋਈ ਮੀਨਿੰਗ ਦੱਸ ਦਿਓ ਕੋਈ ਸ਼ਬਦ ਪੜੋ ਜੇ ਚਾਰ ਸ਼ਬਦ ਪੜਨੇ ਆ ਕੋਈ ਉਹਦੇ ਕੋਈ ਅਰਥ ਭਾਵ ਸਾਨੂੰ ਸਮਝਾ ਦਿਓ ਇਹ ਸਭ ਨੇ ਸਾਡਾ ਧਿਆਨ ਹੈ ਨਹੀਂ ਮਾਫ ਕਰਨਾ ਸੀ ਗੁਰੂ ਦੇ ਅਸਲੀ ਵਿਚਾਰ ਤੋਂ ਕਿਹਾਂ ਦੂਰ ਚਲੇ ਗਏ ਜਿਹੜੀ ਜਿਹੜੀ ਤਰਜ ਤੇ ਗੁਰੂ ਸਾਹਿਬ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਵੀ ਕਿਦਾਂ ਅਸੀਂ ਸੱਚ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾਉਣਾ ਹੈ ਕਿਦਾਂ ਢੋਲਕੀਆਂ ਸ਼ੈਣੇ ਚਿਮਟੇ ਮਾਫ ਕਰਨਾ ਇੱਥੇ ਤਾਂ ਨਵੇਂ ਰੱਬ ਦਾ ਦਾਵਾ ਕਰਨ ਵਾਲੇ ਵੀ ਜਿਹੜੇ ਉਸੇ ਜਾਲ 'ਚ ਫਸੇ ਪਏ ਨੇ ਉਦਾਂ ਹੀ ਸ਼ੈਣੇ ਤਾਂ ਨੂੰ ਜਾਂਦੇ ਉਦਾਂ ਹੀ ਢੋਲਕੀਆਂ ਚਿਮਟੇ ਉਦਾਂ ਹੀ ਵੱਜ ਰਹੇ ਨੇ ਜਿਹੜੇ ਦੱਸ ਰਿਹਾ ਕਿ ਅਸੀਂ ਰੱਬ ਦਾ ਗਲਬਾ ਲਾਉਣ ਆਏ ਆ ਅਜੇ ਉਸ ਤੋਂ ਬਾਹਰ ਨਹੀਂ ਜਾ ਸਕਿਓ ਤੇ ਨਾ ਜਾ ਸਕਣਾ ਜੇ ਜਾਣਾ ਚਾਹੁੰਦੇ ਆ ਤੁਹਾਨੂੰ ਕਹ ਦੁਨਿਆਵੀ ਲੋਕਾਂ ਵਰਗੇ ਪੈਂਟ ਕੋਟ ਪੈਂਟ ਕਮੀਜ਼ਾ ਆਮ ਲੋਕਾਂ ਵਰਗੇ ਕਪੜੇ ਪਾ ਕੇ ਪਤਾ ਜਦਨ ਪਾਲ ਉਹਦਣ ਲੋਕਾਂ ਨੇ ਸਾਡੇ ਗਾੜੀ ਮੱਥੇ ਟੇਕਣੀ ਸਾਨੂੰ ਆਮ ਲੋਕ ਸਮਝਣ ਲੱਗ ਪੈਣਾ ਹੈ ਪਤਾ ਸਾਰਾ ਉਹਨਾਂ ਦੀ ਦੁਨੀਆ ਦੀ ਮਾਨਸਿਕਤਾ ਦਾ ਪਤਾ ਹੈ ਸੱਚ ਹੈ ਇਹ ਕਹਿਣੀਆਂ ਗੱਲਾਂ ਬਹੁਤ ਸੋਖੀਆਂ ਨੇ ਸੱਚ ਹੈ ਜਿਹੜੀ ਗੱਲ ਗੁਰੂ ਸਵੇ ਉੱਚੀ ਉੱਚੀ ਕੂਕ ਕੂਕ ਕੇ ਕਹਿੰਨ ਨੂੰ ਖੌਂਦਾ ਪਿਆ ਭਾਈ ਸਾਬ ਸਦਾ ਹضور ਹੈ ਕਿਆ ਉੱਚੀ ਕਰੇ ਪੁਕਾਰ ਕੀ ਉੱਚੀ ਬੋਲ ਬੋਲ ਕੇ ਦੱਸਦਾ ਪਿਆ ਜੇ ਤੇ ਉੱਚੀ ਬੁਲਣਾ ਨਾਮ ਜਪਣਾ ਤੇ ਹਰ ਹੱਠ ਨਾਲੋਂ ਵੱਧ ਤੂੰ ਨਾਮ ਨਹੀਂ ਜਪ ਸਕਦਾ ਉਥੇ ਬਹੁਤ ਉੱਚੀ ਆਵਾਜ਼ ਹੈ ਉਹਦੀ ਜਿਨ ਜਗਤ ਉਪਾਏ ਹਰ ਰੰਗ ਕੀਆ ਜਿਨੇ ਤਰ੍ਹਾਂ ਤਰ੍ਹਾਂ ਦਾ ਜਗਤ ਪੈਦਾ ਕਰਕੇ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਹਿੰਦੇ ਤਿਸੇ ਵਿਟੋਂ ਕੁਰਬਾਨ ਉਤੋਂ ਤੱਕ ਕੁਰਬਾਨ ਜਾਈਦਾ ਦਾਤਾ ਵਾਹ ਭਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਆਪ ਛੱਡ ਐ ਆ ਗੱਲ ਮੇਨ ਆਪਣੀ ਈਗੋ ਨੂੰ ਆਪਣੇ ਹਉਮੈ ਨੂੰ ਆਪਣੀ ਆਪਣਾਤ ਨੂੰ ਆਪ ਛੱਡ ਐ ਤਾਂ ਸ਼ੈ ਮਿਲੇ ਤਾਂ ਉਹਦੇ ਨਾਲ ਮਿਲਾਪ ਹੋਣਾ ਐ ਆਪ ਛੱਡ ਐ ਤਾਂ ਸ਼ੈ ਮਿਲੇ ਸੱਚਾ ਇਹ ਵਿਚਾਰ ਇਹ ਐ ਸੱਚਾ ਵਿਚਾਰ ਉਥੇ ਤੁਸੀਂ ਇੱਕ ਹਉਮੈ ਨਾਲ ਭਰਿਆ ਬੰਦਾ ਕਹਿੰਦਾ ਇਹਨੂੰ ਨਹੀਂ ਵੇਖਣਾ ਤੁਸੀਂ ਵੇਖੋ ਕਈ ਖੰਡੇ ਦੀ ਪੌਲ ਲੈਣ ਵਾਲੇ ਦੂਜੇ ਵਾਲੇ ਵੇਖ ਕੇ ਫਤਿਹ ਵੀ ਨਹੀਂ ਬੁਲਾਉਂਦੇ ਉਹ ਕਹਿੰਦਾ ਇਹਨੂੰ ਇਹ ਇਹ ਮੇਰੀ ਕੈਟਾਗਰੀ ਦਾ ਨਹੀਂ ਆ ਇਹ ਮੇਰੇ ਜਥੇ ਦਾ ਨਹੀਂ ਆ ਮੇਰੇ ਅਦਾ ਲੰਗਰ ਕੋਸ਼ਕ ਹੈ ਨੇ ਮੇਰੇ ਸਾਡੇ ਸਮਾਜ 'ਚ ਇਦਾਂ ਦੇ ਲੋਕ ਵੀ ਪੈਦਾ ਹੋ ਗਏ ਜਿਹੜੇ ਇੱਕ ਦੂਜੇ ਦੇ ਹੱਦਾਂ ਲੰਗਰ ਛਕਣ ਨੂੰ ਵੀ ਤਿਆਰ ਨਹੀਂ ਅਜੇ ਤੱਕ ਬਾਬੇ ਇਦਾਂ ਦੇ ਨੇ ਉਹਨਾਂ ਦੇ ਬਾਕੇ ਪਹਿਲਾਂ ਜਾ ਕੇ ਦੱਸਦੇ ਬਾਬਾ ਜੀ ਇਦਾਂ ਦੇ ਚੌਲ ਖਾਂਦੇ ਨੇ ਬਾਬਾ ਜੀ ਨੂੰ ਇਤੋਂ ਅਲਰਜੀ ਹੈ ਬਾਬਾ ਜੀ ਆਹ ਸਬਜ਼ੀ ਖਾਂਦੇ ਨੇ ਬਾਬਾ ਜੀ ਆਹ ਦਾਲ ਖਾਂਦੇ ਨੇ ਬਾਬਾ ਜੀ ਆਹ ਪੀਂਦੇ ਨੇ ਇਦਾਂ ਦਾ ਖਾਣਾ ਬਣਦਾ ਹੈ ਵਾਸਤ ਵਿੱਚ ਪਤਾ ਹੈ ਕਿ ਆਮ ਲੋਕਾਂ ਦੇ ਬਰਾਬਰ ਬਹਿ ਕੇ ਰੋਟੀ ਨਹੀਂ ਗੱਲ ਗੁਰੂ ਨਾਨਕ ਸਰਜ ਕਰਨੀ ਗੁਰੂ ਨਾਨਕ ਦਾ ਪਹਿਲਾ ਕੰਮ ਹੀ ਇਹ ਸੀ ਆਮ ਵਿਅਕਤੀ ਦੇ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਿਆ ਆਮ ਵਿਅਕਤੀ ਦੇ ਪਰ ਤੁਸੀਂ ਜਦੋਂ ਕਿਸ ਦੇ ਨਾਲ ਬੈਠ ਕੇ ਰੋਟੀ ਖਾ ਲੈਂਦੇ ਅੱਧਾ ਤੇ ਤੁਹਾਡਾ ਵੈਸੇ ਹੋ ਜਾਂਦਾ ਤੁਸੀਂ ਕਈ ਵੇਖੇ ਕਈ ਦੁਕਾਨਾਂ ਦੇ ਮਾਲਕ ਆਪਣੇ ਸਟਾਫ ਨਾਲ ਬੈਠ ਕੇ ਰੋਟੀ ਖਾਂਦੇ ਉਹ ਫਿਰ ਸਟਾਫ ਵੀ ਇੱਜ਼ਤ ਕਰਦਾ ਕਹਿੰਦਾ ਸਾਡਾ ਮਾਲਕ ਨਹੀਂ ਸਾਡਾ ਪਰਾਇਆ ਜੀ ਉਹ ਫਿਰ ਉੱਥੇ ਠਗੀਆਂ ਬੇਈਮਾਨੀਆਂ ਦੀ ਨੁਬਤ ਰਹੀ ਨਹੀਂ ਜਾਂਦੀ ਉਹ ਕਹਿੰਦੇ ਜੀ ਇੱਥੇ ਇਹ ਕਦੀ ਮਾਲਕ ਬਣ ਕੇ ਵੇਖਿਆ ਨਹੀਂ ਨੇ ਸਾਡੇ ਵਰਗਾ ਜਾਂ ਸਾਡੇ ਵਿੱਚ ਹੀ ਬੈਠ ਕੇ ਰੋਟੀ ਖਾਣੀ ਹੈ ਸਾਡੇ ਨਾਲ ਹੀ ਇਹ ਨੇ ਰਹਿਣਾ ਤੇ ਜਿੱਥੇ ਬੰਦਾ ਇਦਾਂ ਗੈਪ ਆਕ ਰੱਖਦਾ ਫਰਕ ਨਹੀਂ ਨਿਚੋੜਦੇ ਵੀ ਇਹੋ ਜਿਹਾਂ ਨਾ ਫਿਰ ਤੂੰ ਪਾਵੇਂ ਕੈਮਰੇ ਗੋਲਕ ਤੇ ਵੀ ਲਾ ਕੇ ਵੇਖ ਲੈ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਤੂੰ ਗੱਲੇ ਤੇ ਲਾ ਕੇ ਵੇਖ ਲੈ ਐਂ ਛੋੜਨਗੇ ਉਹ ਕੱਢਣਗੇ ਵਿੱਚੋਂ ਸੱਚ ਹੁਣ ਜਿਹੜੀ ਇੱਥੇ ਗੱਲ ਕਹੀ ਹੈ ਨਾ ਕਹਿੰਦੇ ਨੇ ਆਪ ਛੋੜੇ ਤਾਂ ਸ਼ਹਿ ਮਿਲੇ ਸੱਚਾ ਇਹ ਵਿਚਾਰ ਹਉਮੇ ਫਿੱਕਾ ਬੋਲਣਾ ਹੋਵੇ ਅੰਦਰ ਹਉਮੇ ਹੰਕਾਰ ਹੋਵੇ ਤਾਂ ਤੂੰ ਉੱਚੀ ਉੱਚੀ ਬੋਲੀ ਜਾ ਬਾਰਾਂ ਬੋਲ ਬੋਲ ਕੇ ਮਖਾ ਕੇ ਮੇਰੇ ਵਰਗਾ ਨਾਮ ਨਹੀਂ ਕੋਈ ਜਪ ਰਿਹਾ ਬੁੱਝ ਨਾ ਸਕਾਂ ਕਹਿੰਦੇ ਇਸ ਤਰੀਕੇ ਨਾਲ ਮੈਂ ਉਹ ਕਾਰ ਨਹੀਂ ਬੁੱਝ ਸਕਦਾ ਉਹ ਕੰਮ ਨਹੀਂ ਬੁੱਝ ਸਕਦਾ ਮੈਨੂੰ ਸਮਝ ਨਹੀਂ ਆ ਸਕਦੀ ਕਿ ਮੇਰੇ ਮਾਲਕ ਨੂੰ ਕਿਹੜਾ ਉਹ ਕੰਮ ਪਸੰਦ ਆ ਜਿਹਦੇ ਨਾਲ ਮੈਂ ਉਹਦੀਆਂ ਨਜ਼ਰਾਂ ਚ ਪ੍ਰਵਾਨ ਹੋ ਸਕਾਂ ਵਣ ਤ੍ਰੇਣਾ ਤਰਪਵਣ ਤੁਝੇ ਤੇ ਆਇੰਦਾ ਵੇਖੋ ਕਿੰਨੀ ਪਿਆਰੀ ਗੱਲ ਕਿ ਘਾਹ ਬਨਸਪਤੀ ਫੁੱਲ ਪੱਤੇ ਸਾਰੇ ਤੈਨੂੰ ਤੇ ਆਉਂਦੇ ਆ ਇਹ ਕਿਦਾਂ ਤੇ ਆਉਂਦੇ ਆ ਜੀ ਕਦੀ ਕਿਸੇ ਨੇ ਘਾਹ ਦੀ ਜ਼ੁਬਾਨ ਵੇਖੀ ਕਦੀ ਕਿਸੇ ਨੇ ਕੋ ਪੱਤੇ ਦੀ ਜ਼ੁਬਾਨ ਨਿਕਲੀ ਵੇਖੀ ਵੀ ਉਹ ਨਾਮ ਜਪਦੀ ਹੋਵੇ ਬਾਣੀ ਤੇ ਆਖਿਆ ਜੇ ਨਾਮ ਜਪਣਾ ਤੇ ਮੱਛੀ ਕੋਣੋਂ ਸਿੱਖ ਜਿਵੇਂ ਮੱਛੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਜਿਵੇਂ ਮੱਛੀ ਪਾਣੀ ਤੋਂ ਬਿਨਾ ਕਿਵੇਂ ਜੀਵਨ ਪਾਉਂਦੀ ਹੁਣ ਮੱਛੀ ਕਿਵੇਂ ਨਾਮ ਜਪਦੀ ਹੈ ਪਾਣੀ ਕਿਵੇਂ ਨਾਮ ਜਪਦਾ ਪੌਣ ਪਾਣੀ ਬਸੰਤਰੋ ਹੁਕਮ ਕਰੇ ਭਗਤੀ ਕਿਦਾਂ ਨਾਮ ਜਪਦਾ ਯਾਨੀ ਕਿ ਇਹ ਸਾਰੇ ਤਾਤੂ ਦੇ ਨਿਯਮ ਚ ਹੈ ਪਾਣੀ ਦਾ ਕੰਮ ਪਿਆਸ ਜਿਉਣਾ ਤੇ ਪਿਆਸ ਜਿਉਣਾ ਅੱਗ ਦਾ ਕੰਮ ਸਾੜਨਾ ਤੇ ਉਹਨੇ ਸਾੜਨਾ ਹਵਾ ਦਾ ਕੰਮ ਜਿਉਂਦੇ ਰੱਖਣਾ ਹੈ। ਬਾਰ-ਬਾਰ ਥੋੜਾ ਪਰਮੇਸ਼ਰ ਨੂੰ ਕਹਿਣਾ ਪੈਂਦਾ ਹਵਾ ਨੂੰ ਵੀ ਇਹਨੂੰ ਜਿਉਂਦਾ ਰੱਖ। ਉਹਦਾ ਕੰਮ ਹੈ। ਹਵਾ ਇਹ ਮੈਨੂੰ ਜਿਉਂਦਾ ਰੱਖ ਰਹੀ ਹੈ ਬਸ। ਜਿੱਦਣ ਹਵਾ ਨੇ ਕਹਿਤਾ ਆਕਸੀਜਨ ਨੇ ਕਹਿਤਾ ਹਵਾ ਨੇ ਕਹਿਤਾ ਫਿਰ ਅੱਬ ਜੀ ਮੈਂ ਬੜਾ ਨਾਮ ਜਪ ਲਿਆ। ਹੁਣ ਮੈਂ ਥੋੜਾ ਜਿਹਾ ਸਾਹ ਲੈ ਲਾ। ਜਿੱਦਣ 5 ਸੈਕਿੰਡ ਲਈ ਵੀ ਹਵਾ ਰੁਕ ਗਈ ਨਾ ਤੇ ਪਿਆਰੇ ਚੇਤਾ ਕੀ ਹੋਣਾ? ਹਾਂ ਆਮ ਆਦਮੀ ਹਾਂ ਇਕਦਮੀ। ਆਕਸੀਜਨ ਲੈਵਲ ਜਿਉਂ ਹੀ ਘਟਣ ਲੱਗਦਾ ਹੈ ਨਾ ਤੁਸੀਂ ਵੇਖਣਾ ਨਾਲ ਹੀ ਸਿਲੰਡਰਾਂ ਦੇ ਪ੍ਰਬੰਧ ਕਰਨੇ ਪੈਂਦੇ ਅਸੀਂ ਤਾਂ ਵੇਖ ਹੀ ਚੁੱਕੇ ਆ ਆਪਾਂ ਕਰੋਨਾ ਦੇ ਇਸ ਪੀਰੀਅਡ ਵਿੱਚ ਕਿਦਾਂ ਹਫੜਾ ਦਫੜੀ ਮੱਚੀ ਸੀ ਨਾਲ ਹੀ ਆਪਾਂ ਚੈੱਕ ਕਰਦੇ ਆ ਜੀ ਹੁਣ 90 ਆ ਜੀ ਹੁਣ 80 ਹੀ ਰਹਿ ਗਿਆ ਜੀ ਹੁਣ 85 ਰਹਿ ਗਿਆ ਜੀ ਹੁਣ 80 ਆ ਗਿਆ ਜੀ ਹੁਣ ਨਾਲ ਹੀ ਹਮ ਆਦਮੀ ਹਾਂ ਇੱਕਦਮ ਬੰਦਾ ਪਾਣੀ ਤੋਂ ਬਿਨਾ ਕੋਈ ਸਮਾਂ ਕੱਢ ਲੂ ਰੋਟੀ ਤੋਂ ਬਿਨਾ ਕੋਈ ਸਮਾਂ ਕੱਢ ਲੂ ਪਰ ਹਵਾ ਤੋਂ ਬਿਨਾ ਨਹੀਂ ਹਵਾ ਦਾ ਮੈਨੂੰ ਜਿਉਂਦਾ ਰੱਖਣੇ ਉਹਦਾ ਨਾਮ ਜਪਣਾ ਪਾਣੀ ਮੇਰੀ ਪਿਆਸ ਬੁਝਾ ਰਿਹਾ ਪਾਣੀ ਕਿੰਨੇ ਦੇ ਕੰਮ ਆ ਰਿਹਾ ਸਾਡੀ ਬੋਡੀ ਸਾਡੀ ਬਾਡੀ ਜਿੰਨੇ ਤਤ ਨੇ ਪੰਜਾਂ ਤਤਾਂ ਦਾ ਸਰੀਰ ਬਣਿਆ ਆਪਾਂ ਇਹਦੇ ਹਵਾ ਵੀ ਹੈਗੀ ਐ ਅੱਗ ਵੀ ਐ ਪਾਣੀ ਵੀ ਐ ਇਹ ਚ ਇੱਕ ਤਤ ਹੀ ਮੜ ਜਾ ਪਰ ਆਉਂ ਜਾ ਤੇ ਡੱਡ 4-10 ਲੱਖ ਜਣ ਬੰਦੇ ਨੂੰ ਲੂਜ਼ ਮੂਸ਼ਨ ਲੱਗੇ ਉਹਨਾਂ ਤੇ ਪਾਣੀ ਦੀ ਕਮੀ ਆ ਜਾਵੇ ਦਬਦਾ ਉਹ ਗੁਲੂ ਕੁਛ ਨਹੀਂ ਚੜਾਉਂਦੇ ਕਦੇ ਭਾਈ ਇਹ ਚ ਪਾਣੀ ਦੀ ਕਮੀ ਆ ਗਈ ਇਹ ਠੰਡਾ ਹੋ ਗਿਆ ਤੁਸੀਂ ਵੇਖੋਗੇ ਕਈ ਵਾਰੀ ਆਪਾਂ ਜਦੋਂ ਬੰਦੇ ਨੂੰ ਕਿਤੇ ਬਿਜਲੀ ਦਾ ਕੋਈ ਝਟਕਾ ਵੱਜਦਾ ਉਹ ਦਵ ਦਵ ਜ਼ਮੀਨ ਚ ਕਿਉਂ ਨਾ ਪਦੇ ਫੇ ਜੇ ਮੜ ਜਾ ਸਰੀਰ ਗਰਮੈਸ਼ ਚ ਹੋਵੇ ਕਹਿੰਦੇ ਨਹੀਂ ਹੈਗੀ ਜਾਨ ਅਜੇ ਚਸ ਤਲੀਆਂ ਛਸਦੇ ਆ ਪੈਰ ਛਸਦੇ ਆ ਗੱਲ ਬਣ ਜਾਣੀ ਐ ਠੀਕ ਐ ਬੰਦਾ ਸਾਹ ਚੱਲ ਪੈਣੇ ਸੀ ਬੰਦੇ ਦੇ ਅੰਦਰ ਹੀਟ ਐ ਤੁਸੀਂ ਦੇਸੀ ਕੋ ਆਪਣੀ ਹੱਥ ਦੀ ਤਲੀ ਤੇ ਰੱਖ ਕੇ ਵੇਖਿਓ ਕਿਤੇ ਪਿਗਲਣ ਲੱਗ ਪੈਂਦਾ ਤੂੰ ਪਿਗਲਦਾ ਤੁਹਾਡੇ ਅੰਦਰ ਹੀਟ ਐ ਤੁਸੀਂ ਅੱਤ ਦਾ ਠੰਡਾ ਪਾਣੀ ਤੁਸੀਂ ਸਰਦੀਆਂ ਵਿੱਚ ਠੰਡਾ ਪਾਣੀ ਆਪਣੇ ਮੂੰਹ ਚ ਪਾ ਲਓ 30 ਸੈਕਿੰਡ ਲਈ ਹੋਲਡ ਕਰ ਲਓ ਤੁਹਿਆ ਸੈਨੀਟਾ ਬਾਜ ਜੋ ਪਾਣੀ ਨੂੰ ਬਾਹਰ ਕੱਢੋਗੇ ਉਹ ਪਾਣੀ ਕੋਸਾ ਹੋਣਾ ਇਹਨੇ ਕੀਤਾ ਤੁਹਾਡੇ ਮੂੰਹ ਚ ਕੋਈ ਪੱਟੀ ਲੱਗੀ ਹੈ ਬੰਦੇ ਦੇ ਅੰਦਰ ਹੀਟ ਹੈ ਬੰਦੇ ਦੇ ਅੰਦਰ ਗਰਮੀ ਹੈ ਜੇ ਗਰਮੀ ਠੰਡੀ ਹੋ ਗਈ ਆਪਣੇ ਕਿਦਾਂ ਲੱਤਾਂ ਠੰਡੀਆਂ ਹੋ ਗਈਆਂ ਡੈੱਡ ਹੋਣਾ ਸ਼ੁਰੂ ਹੋ ਗਿਆ ਇਕਦਾਂ ਨਾਮ ਜਪਰੀਆਂ ਇਹ ਸਾਰੇ ਤੱਤ ਉਹਦੇ ਨਿਜਮ ਜਪਉਣ ਪਾਣੀ ਬਸੰਤਰ ਹੁਕਮ ਕਰੇ ਭਗਤੀ ਤੁਸੀਂ ਗੱਡੀ ਲੈ ਕੇ ਜਾ ਰਹੇ ਹੋ ਹਵਾ ਹੀ ਜਵਾਬ ਦੇ ਦੇ ਜ ਵਿੱਚੋਂ ਇੱਕ ਟਾਇਰ ਜਵਾਬ ਦੇ ਦੇ ਚੱਲੂਗੀ ਜੀ ਤਿੰਨਾਂ ਟਾਇਰਾਂ ਨਾਲ ਗੱਡੀ ਚੱਲ ਜੇ ਅਗਰ ਜਵਾਬ ਦੇ ਜੇ ਪੈਟਰੋਲ ਸਲਫ ਨਾ ਚੱਕੇ ਤਾਂ ਵੀ ਨਹੀਂ ਗੱਲ ਬਣਨੀ ਪਾਣੀ ਵੀ ਹੈ ਵਿੱਚ ਗੱਡੀ ਦੇ ਐਨੇ ਸੌਖਿਆਂ ਤਰੀਕਿਆਂ ਨਾਲ 사ਧਗੁਰ ਨੇ ਸਮਝਾਇਆ ਟੱਕਰਾਂ ਮਾਰਦੇ ਜਾ ਕੇ ਬਾਬਿਆਂ ਕੋਲ ਬਾਬਾ ਜੀ ਨਾਮ ਐਦਾਂ ਜਪਦੇ ਆ ਬਾਬਾ ਜੀ ਐਦਾਂ ਵਾਹ-ਬਾਰ ਕਰਦੇ ਗੁਰਵੰਦਰ ਖਿੱਚਦੇ ਵੱਡੇ-ਵੱਡੇ ਮਨਿਸਟਰ ਖਜ਼ਾਨਾ ਮੰਤਰੀ ਸਾਧਾ ਨੇ ਪੈਰਾਂ 'ਤੇ ਬਿਠਾ ਲਿਆ ਆਪਣੇ ਹੁਣ ਜਿਸ ਸਟੇਟ ਦਾ ਖਜ਼ਾਨਾ ਮੰਤਰੀ ਇੱਕ ਝੁੱਡੂ ਜੇ ਸਾਧ ਦੇ ਪੈਰਾਂ 'ਚ ਬੈਠਾ ਹੋਵੇ ਆਮ ਲੋਕਾਂ ਦੀ ਕੀ ਹਾਲਤ ਹੋਏਗੀ ਸੋਚ ਕੇ ਦੱਸਿਓ ਬਰਾ ਤੁਸੀਂ ਜਿੱਥੇ ਜਿੱਥੋਂ ਦਾ ਜਿਸ ਸਟੇਟ ਦਾ ਵਿੱਤ ਮੰਤਰੀ ਇੱਕ ਸਾਧ ਦੇ ਪੈਰਾਂ 'ਚ ਬੈਠਾ ਹੋਵੇ ਪੈਰੋਕਾਰ ਕੀ ਸੋਚਣਗੇ ਉਸ ਉਸ ਸਟੇਟ ਦੇ ਉਸ ਦੇਸ਼ ਦੇ ਆਮ ਪਬਲਿਕ ਦੇ ਉੱਸਰ ਕੀ ਪਵੇਗਾ ਸੋਚ ਕੇ ਵੇਖਿਓ ਤੁਸੀਂ ਜਿਸ ਸਟੇਟ ਦਾ ਮੁੱਖ ਮੰਤਰੀ ਜਿਸ ਸਟੇਟ ਦਾ ਆਗੂ ਕਰਮ ਕਾਂਡ ਪਖੰਡ ਕਰਦਾ ਹੋਵੇ ਆਮ ਲੋਕਾਂ ਦੇ ਉੱਤੇ ਕੀ ਅਸਰ ਪਵੇਗਾ ਸੋਚ ਕੇ ਵੇਖਿਆ ਤੁਸੀਂ ਕਿਧਰ ਨੂੰ ਤੁਰ ਪਿਆ ਸਾਡਾ ਸਮਾਂ ਤੁਮ ਕਿੰਨੀ ਮਾਨਸਿਕਤਾ ਸਾਡੀ ਡਿੱਗ ਪਈ ਕਿੰਨੇ ਅਸੀਂ ਨੀਵੇਂ ਥਾਂ ਤੇ ਡਿੱਗੇ ਜਾ ਰਹੇ ਅਸੀਂ ਹੁਣ ਗੁਰੂ ਸਾਹਿਬ ਜੀ ਇੱਥੇ ਗੱਲ ਕਰ ਤੇ ਨਾਮ ਜਪਣ ਦਾ ਅਰਥ ਕੀ ਵਾਣ ਤ੍ਰੇਣਾ ਤ੍ਰਪਮਣ ਤੁਝੇ ਧਿਆਏ ਦਾ ਤੈਨੂੰ ਕਿਦਾਂ ਤੇ ਆਉਂਦੇ ਨੇ ਭਲਾਏ ਜਾਨੀ ਕਿ ਹਰ ਚੀਜ਼ ਨਿਜਮ ਚ ਹੈ ਹਰ ਚੀਜ਼ ਨਿਜਮ ਚ ਕਾ ਹਰਿਆ ਜਿਸ ਧਰਤੀ ਨਾਲ ਜੁੜਿਆ ਟੁੱਟ ਗਿਆ ਤਾਂ ਸੁੱਕ ਗਿਆ ਨਿਜਮ ਚ ਸਾਰੀ ਚੀਜ਼ ਜਿਸ ਜੁੜੀ ਹੈ ਤੇ ਹਰੀ ਹੋਏਗੀ ਹੋਏਗੀ ਜੇ ਜੁੜੀ ਹੈ ਨਾ ਕੋਰਾਪਣ ਬੀਤਣ ਤੋਂ ਬਾਅਦ ਜਿਉਂ ਹੀ ਅੱਗੇ ਬਸੰਤ ਰਤੋਂ ਨੇ ਤੇ ਕਾ ਨੇ ਫੇਰ ਹਰਿਆ ਹੋ ਜਾਣਾ ਹੈ ਉਹਦਾ ਹਰਿਆ ਪੱਖ ਕੋਈ ਉਹਦੇ ਕੋਲੋਂ ਦੂਰ ਨਹੀਂ ਕਰ ਸਕਦਾ ਆਨੰਦਨ ਸਦਾ ਵਿਹਾਨ ਦਿਨ ਰਾਤ ਬੀਤ ਰਹਿ ਨਹੀਂ ਦੇਈ ਉਹਨੂੰ ਯਾਦ ਕਰਕੇ ਦਿਨ ਰਾਤ ਉਹਦਾ ਸ਼ੁਕਰਾਨਾ ਕਰ ਰਹੇ ਨੇ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰੂ ਜੀ ਕਹਿੰਦੇ ਬਿਨਾਂ ਸਤਗੁਰ ਤੋਂ ਕਿਨੇ ਪਾਇਆ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਓ ਕਰ ਪ੍ਰਗਟ ਆਖ ਸੁਣਾਇਆ ਸਤਗੁਰ ਵਿਟੋਂ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਨਕਾਰ ਉਪਦੇਸ਼ ਗਿਆਨ ਅੰਜਨ ਦਿਆ ਇਨੀ ਨਿਤ ਨਹੀਂ ਜਗਤ ਨਿਹਾਲਿਆ ਖਸਮ ਛੁੜ ਦੂਜੇ ਲਗੇ ਡੁੱਬੇ ਸੇਵਣ ਜਾ ਰਿਆ ਸਤਗੁਰ ਹੈ ਬੋਝਤਾ ਵਿਰਲੇ ਕਿਨੇ ਵਿਚਾਰੇ ਬਿਨ ਸਤਗੁਰ ਕਿਨੇ ਨਾ ਪਾਇਆ ਕਰ ਕਰ ਥਕੇ ਵਿਚਾਰ ਬڑے ਪੰਡਤ ਜੋਤਸ਼ੀ ਪਾਉਂਦੇ ਬੜੇ ਥੱਕ ਕੇ ਵਿਚਾਰਾਂ ਕਰਕੇ ਬੜੇ ਵਸੀਲੇ ਕਰਕੇ ਵੇਖ ਲਿਆ ਆ ਕਰ ਲਓ ਕੋਈ ਸਿਰ ਠਾਂ ਕਰਕੇ ਲੱਤਾਂ ਪਾਹ ਕਰਕੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕੋਈ ਜੜਾਵਾਂ ਵਧਾ ਕੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਗਰਮੀਆਂ ਦੇ ਵਿੱਚ ਅੱਗ ਬਾਲ ਕੇ ਬੰਨੇ ਬੈਠਾ ਕੋਈ ਨੰਗੇ ਕੱਪੜੇ ਪਾ ਕੇ ਕੋਈ ਨਾਗਾ ਰਹਿ ਕੇ ਕੱਪੜੇ ਨਾ ਤਾਂ ਤੇ ਪਾ ਕੇ ਦਿਗੰਬਰ ਲੋਕਾਂ ਨੂੰ ਵਿਖਾਉਂਦਾ ਵੀ ਵੇਖੋ ਜੀ ਮੈਂ ਤਾਂ ਸਭ ਕੁਝ ਆਪਣੇ ਵਾਸਤੇ ਕਰ ਲਿਆ ਹਾਂ ਤਾਂ ਸਾਧੂ ਹੁੰਦੇ ਹੈ RAM DEVAR 게 ਵੀ ਕਰਦੇ ہمارے پاس ਇੱਕ ਧੋਤੀ ਹੈ ਮਾਮਾ ਪੰਜਾਬ ਦੀ ਸ਼ੱਕਰ ਦੇ ਉੱਤੇ ਆਪਣੇ ਸਟicker ਲਾ ਲਾ ਕੇ ਵਿੱਚ ਜਾਂਦਾ ਹਮਮਾਰੇ پاس ਤੋਂ ਕੁਝ ਵੀ ਨਹੀਂ ਹੈ ਮਾਰੇ پاس ਤੋਂ ਇੱਕ ਧੋਤੀ ਹੈ ਇੱਕ ਕੁੜਤਾ ਹੈ ਔਰ ਤੋਂ ਕੁਝ ਵੀ ਨਹੀਂ ਹੈ ਪਤੰਜਲੀ ਦੇ ਨਾਂ ਤੇ ਕੀ ਕੁਝ ਵੇਚਦਾ ਜਿਹੜੀ ਪੰਜਾਬ ਦੀ ਆਮ ਆਮ ਮਿੱਲਾਂ ਦੀ ਬਣੀ ਸ਼ੂ ਖੰਡ ਉੱਤੇ ਆਪਣੀ ਸਟicker ਲਾ ਲਾ ਕੇ ਤੇ ਉਹਨੂੰ ਆਪਣੀ ਬਣਾ ਬਣਾ ਕੇ ਬ੍ਰਾਂਡ ਵੇਚ ਜਾਂਦਾ ਤੇ ਇੱਥੇ ਉਹ ਲੋਕ ਉਸ ਖੰਡ 'ਚ ਨੁਕਸ ਕਰਦੇ ਆ ਇਹ ਖੰਡ ਕਿੱਥੋਂ ਆਈ ਏ ਜੀ ਪੈੜੀ ਜੀ ਉਸੇ ਖੰਡ ਤੇ ਉਹਨੇ ਆਪਣਾ ਸਟicker ਲਾਇਆ ਜਿਵੇਂ ਬੂਟ ਆਪ ਕੰਪਨੀ ਦੇ ਹੁੰਦੇ ਆ ਬਾਟਾ ਅਗਲੇ ਆਪਣਾ ਸਟicker ਲਾ ਕੇ ਵੇਚ ਦਿੰਦੇ ਵੇਲੇ ਚੱਕ ਅਗਲਾ ਬ੍ਰਾਂਡ ਨੂੰ ਵੇਖਦਾ ਜਿੱਦਾਂ ਕਮੀਜ਼ਾਂ ਤੇ ਨਹੀਂ ਹੁੰਦਾ ਵੀ ਟੀ-ਸ਼ਰਟ ਉਥੋਂ ਲਈ ਕੋਈ ਕਮੀਜ਼ ਲਈ ਉਥੋਂ ਲਿਆ ਕੇ ਅਗਲੇ ਨੂੰ ਜੁਕੇ ਦਾ ਸਟicker ਲਾਇਆ ਬੰਦਾ ਕਹਿੰਦਾ ਅੱਛਾ ਜੁਕੇ ਚੋਈ ਹੈ ਲਿਆ ਵੀ ਚੱਕ 2000 ਦੀ ਹੋਣੀ ਹੈ ਪਤਾ ਹੁੰ ਚੱਲਦਾ ਚਲਾਈ ਜਾ ਰਿਹਾ ਜੇ ਗੁਰਮੀਤ ਰਾਮ ਰਹੀਮ ਕਿਸੇ ਕਿਸੇ ਗੋਭੀ ਦੇ ਫੁੱਲ ਨੂੰ ਹੱਥ ਲੰਦਾ ਅਗਲਾ ਕਹਿੰਦੇ ਜੀ 1.5 ਲੱਖ ਦਾ ਹੋ ਗਿਆ ਜੀ ਹੁਣ ਉਹਨੂੰ ਕਹਿ ਲਿਆ ਹੁਣ ਜੇਲ੍ਹ 'ਚ ਕਿਸੇ ਫੁੱਲ ਨੂੰ ਹੱਥ ਲਾ ਕੇ ਵਿਖਾਵੇ ਜੇ ਜੇਲ੍ਹ ਦੇ ਵਿੱਚ ਕਿਹੜੀਆਂ ਮਿਰਚਾਂ ਨੇ ਉੱਥੇ ਮਿਰਚਾਂ ਵੇਖ ਕੇ ਕਿੰਨੇ ਦੀਆਂ ਹੁੰਦੀਆਂ ਭਲਾ ਹੁਣ ਤੇ ਉਹੋ ਹੀ ਦਿਹਾੜੀ ਮਿਲਣੀ ਜਿਹੜੀ ਆਮ ਲੋਕਾਂ ਨੂੰ ਮਿਲਣੀ ਹੈ ਕਦੋਂ ਸਮਾਜ ਸੁਧਰੂਗਾ ਕਦੋਂ ਸਮਝਾਂਗੇ ਅਸੀਂ ਇਸ ਗੱਲ ਨੂੰ ਸਭ ਕੁਝ ਅੱਖਾਂ ਬੰਦ ਕਰਕੇ ਅਸੀਂ ਫਿਰ ਜਾਗੋ ਸਿਆਣੇ ਬਣੀ ਅਸੀਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਸਰਮਦੀ ਜਿਹੜੀ ਵਿਚਾਰ ਆ ਹਰ ਇੱਕ ਇਨਸਾਨ ਜਦੋਂ ਸੱਚ ਦੀ ਵਿਚਾਰ ਨਾਲ ਜੁੜੇਗਾ ਆ ਕੁੰਡੀਆਂ ਖੋਲੀਆਂ ਨੇ ਬਿਨ ਸਤਗੁਰ ਕਿਰਨ ਯਾਨੀ ਕਿ ਗੁਰੂ ਦੀ ਸਿੱਖਿਆ ਲੈ ਕੇ ਤੁਸੀਂ ਕੋਈ ਵੀ ਕਿਰਤਕਾਰ ਕਰੋ ਆਪਣਾ ਕਾਰੋਬਾਰ ਕਰੋ ਬਾਣੀ ਰੋਕਦੀ ਕਿਤੇ ਬਾਣੀ ਰੋਕਦੀ ਥੋੜਾ ਬਾਣੀ ਕਿਤੇ ਤੁਹਾਡੇ ਸਮਾਜ ਦੇ ਵਿਕਾਸ ਚ ਰੁਕਾਵਟ ਖੜੀ ਕਰਦੀ ਨਾ ਜੀ ਨਾ ਇਹ ਤਾਂ ਨਵੀਂ ਲੋਬੀ ਉੱਠੀ ਜੀ ਬਾਣੀ ਸਮਾਜ ਦੇ ਵਿਕਾਸ ਚ ਰੁਕਾਵਟ ਹੈ ਸਚਾਈ ਇਹ ਸੀ ਜਿਨ੍ਹਾਂ ਨੂੰ ਸਮਝ ਹੀ ਨਹੀਂ ਆਈ ਉਹਨਾਂ ਵਾਸਤੇ ਤਾਂ ਰੁਕਾਵਟ ਹੀ ਰੁਕਾਵਟ ਹੈ ਰੁਕਾਵਟ ਹੀ ਰਿਕਾਵਟ ਆਪੇ ਆ ਸਮਾਜ ਦੇ ਵਿਕਾਸ ਰਿਕਾਵਟ ਕਿਦਾਂ ਬੋਲਾ ਸਮਾਜ ਅੱਗੇ ਵਧਣਾ ਚਾਹੁੰਦਾ ਠੱਗੀਆਂ ਬੇਈਮਾਨੀਆਂ ਕਰਕੇ ਲੁੱਟਖਸੁੱਟ ਕਰਕੇ ਧੋਖੇਧੜੀਆਂ ਕਰਕੇ ਬਾਣੀ ਆਂਦੀ ਨਾ 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 ਘੱਟ ਦੋ ਕਦਮ ਤੁਰਲਾ ਪਰ ਸੱਚੀ ਕਮਾਈ ਨਾ ਤੁਰੀ ਉਹ ਇਦਾਂ ਲੱਗਦਾ ਉਹਨਾਂ ਨੂੰ ਬਾਣੀ ਰਿਕਾਵਟ ਹੈ ਕਿਉਂਕਿ ਉਹਨਾਂ ਨੂੰ ਉਹ ਸੋਚਦੇ ਮੈਂ ਠੱਗੀਆਂ ਮਾਰ ਇਧਰ ਵਾੜ ਛਾਲ ਕਰ ਤੇ ਅੱਗੇ ਲੰਘ ਬਾਣੀ ਸਮਝਾਉਂਦੀ ਨਾ ਨਾ ਬਾਣੀ ਤਰਾਸ਼ਦੀ ਹੈ ਜਿਵੇਂ ਰੰਦਾ ਨਹੀਂ ਫੇਰੀ ਦਾ ਲੱਕੜ ਉੱਤੇ ਛਿਲਤਾ ਲੈਂਦੀਆਂ ਪਰ ਉਹ ਚੀਜ਼ ਬਣਦੀ ਨੇ ਚੀਜ਼ਾਂ ਚੀਜ਼ ਕਰੇ ਮੇਰਾ ਗੋਬਿੰਦ ਉਜਰਨ ਚੀਜ਼ ਹੁੰਦੀ ਉਹਨੂੰ ਉਹਨੂੰ ਫਿਰ ਕਾਰੀਗਰ ਚੀਜ਼ ਨਹੀਂ ਬਣਾ ਦਿੰਦਾ ਲੱਕੜ ਦੇ ਮੋਸ਼ੇ ਨੂੰ ਜਦੋਂ ਉਹਨੂੰ ਰੰਦਾ ਫੇਰਦਾ ਬਾਣੀ ਜਾਂਦਾ ਫੇਰਦੀ ਤਾਂ ਤਾਂ ਦੇ ਸਮਾਜਿਕ ਵਿਕਾਸ ਵਿੱਚ ਸਮਾਜ ਦੇ ਵਿਕਾਸ ਚ ਰੁਕਾਵਟ ਵਿਕਾਸ ਵਿੱਚ ਸਮਾਜ ਦੇ ਵਿਕਾਸ ਚ ਬਾਣੀ ਰੁਕਾਵਟ ਨਹੀਂ ਆ ਉਹ ਪਖੰਡ ਵਾਲੇ ਜਿਹੜਾ ਪਖੰਡ ਵਾਲਾ ਸਮਾਜ ਨਾਲ ਉਹ ਚ ਰੁਕਾਵਟ ਤੇ ਆਪ ਹੀ ਹੋਣੀ ਆ ਰੱਠਗੀਆਂ ਬੇਈਮਾਨੀਆਂ ਲੁੱਟ ਕਸੋਟ ਬੰਦਾ ਹਰ ਥਾਂ ਤੇ ਸਵਾਰਥ ਨਾਲ ਭਰਿਆ ਪਿਆ ਤੋ ਫਿਰ ਗੱਲ ਨੂੰ ਸਮਝਿਓ ਬਿਨ ਸਤਗੁਰ ਕਿਨੇ ਨਾ ਪਾਇਆ ਕਰ ਕਰ ਥਕੇ ਵਿਚਾਰ ਬੜੇ ਜੋਤਸੀ ਬੜੇ ਧਾਰਮਿਕ ਲੋਕ ਖੋਣ ਵਾਲੇ ਵਿਚਾਰਾਂ ਕਰ ਕਰ ਸਾਗੇ ਪਰ ਗੁਰੂ ਦੀ ਸਿੱਖਿਆ ਤੋਂ ਬਿਨਾ ਕਿਸੇ ਨੇ ਸੱਚ ਦੀ ਪ੍ਰਾਪਤੀ ਨਹੀਂ ਕੀਤੀ ਨਦਰ ਕਰੇ ਜੇ ਆਪਣੇ ਜਦੋਂ ਉਹਦੀ ਨਜ਼ਰ ਦਾ ਪਾਤਰ ਬਣ ਗਿਆ ਤਾਂ ਆਪੇ ਲੈ ਸਵਾਰ ਫਿਰ ਆਪ ਹੀ ਬੰਦਾ ਆਪਣੇ ਜੀਵਨ ਨੂੰ ਸਵਾਰ ਲੈਂਦਾ ਜਦੋਂ ਉਹਦੀ ਨਜ਼ਰ ਦਾ ਪਾਤਰ ਬਣ ਜਾਏ ਤੇ ਨਜ਼ਰ ਦਾ ਪਾਤਰ ਕਦੋਂ ਬਣਦਾ ਜਦੋਂ ਉਹਦੇ ਹੁਕਮ ਵਿੱਚ ਤੁਰਨਾ ਸ਼ੁਰੂ ਕਰ ਦਿੰਦਾ ਨਾਨਕ ਗੁਰਮੁਖ ਜਿਹਨੀ ਤੇ ਆਏ ਨਾਨਕ ਗੁਰੂ ਦੇ ਰਾਹੀ ਜਿਨ੍ਹਾਂ ਨੇ ਸਚ ਨੂੰ ਤੇ ਆਇਆ ਹੈ ਇਮਾਨਦਾਰੀ ਲਿਆਂਦੀ ਹੈ ਚੰਗੇ ਜੀਵਨ ਨੂੰ ਬਤੀਤ ਕੀਤਾ ਆਏ ਸੇ ਪ੍ਰਵਾਨ ਉਹਨਾਂ ਦਾ ਹੀ ਦੁਨੀਆ ਤੇ ਆਉਣਾ ਪ੍ਰਵਾਨ ਹੋਇਆ ਆੜੇ ਬਾਕੀ اڈੰਬਰ ਨੇ ਹਰ ਹਰ ਕਰੇ ਨਿਤ ਕਵਟਕ ਮਾਵੇਂ ਹਿਰਦਾ ਸ਼ੁੱਧ ਨਾ ਹੋਈ ਆਂਦਨ ਕਰਮ ਕਰੇ ਬੋ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰਬਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਛੜੇ ਜੇ ਲੋਚ ਹੈ ਸਭ ਕੋਈ ਤੋ ਇਸ ਸ਼ਲੋਕ ਵਿੱਚ ਉਸ ਚੀਜ਼ ਦਾ ਖੰਡਨ ਕੀਤਾ ਹੈ ਜਿਹੜੇ ਲੋਕ ਦਾਵਾ ਕਰਦੇ ਕਿ ਮੈਂ ਬਹੁਤ ਉਸ ਮਾਲਕ ਨੂੰ ਯਾਦ ਕਰਦਾ ਕੂਕਦਾ ਕਹਿੰਦੇ ਨਾ ਭਾਈ ਜੇ ਉੱਚਾ ਕੂਕਣਾ ਨਾਮ ਜਪਣਾ ਫਿਰ ਹਰ ਹੱਠ ਨਾਲ ਉਹ ਵੱਧ ਤੂੰ ਨਹੀਂ ਕੂਕ ਸਕਦਾ ਇਸ ਕਰਕੇ ਉਹ ਤੇਰੇ ਕੋਲ ਬੈਠਾ ਹੈ ਉਹਦੇ ਨਾਲ ਸਾਂਝ ਪਾ ਚੰਗੇ ਗੁਣ ਜੀਵਨ ਦੇ ਵਿੱਚ ਧਾਰਨ ਕਰਕੇ ਉਸ ਮਾਲਕ ਨਾਲ ਆਪਣਾ ਜੀਵਨ ਜਿਹੜਾ ਹੈ ਉਹ ਸੋਹਣਾ ਬਣਾਉਣ ਦਾ ਯਤਨ ਕਰੀਏ ਗੁਣਾ ਵਾਲਾ ਜੀਵਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਦਾਚਾਰੀ ਜੀਵਨ ਜਿਹੜਾ ਬਾਣੀ ਸਾਨੂੰ ਦੱਸਦੀ ਹੈ ਉਹ ਜਿਉਈਏ 63 ਨੰਬਰ ਸ਼ਲੋਕ ਹੈ ਸਾਧ ਸੰਗਤ ਜੀ 1420 ਨੰਬਰ ਅੰਕ ਤੇ ਪੜੋ ਵਿਚਾਰੋ ਸਮਝੋ ਸਹਿਜ ਪਾਠ ਆਪ ਕਰੋ ਸਾਰਿਆਂ ਦਾ ਧੰਨਵਾਦ ਫਤੇ ਬਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ